ਅਸੀਂ ਕੱਲ ਜੀ ਨਿਊ 26 ਤੋਂ ਬੁਟਾ ਲੱਦਣ ਨਿਊ 26 ਦੇਖਣ ਦਾ ਸਵਾਗਤ ਕਰਦੇ ਅੱਜ ਪਿੰਡ ਹਰਿਓ ਤੋਂ ਟਰੈਕਟਰਾਂ ਦਾ ਰੈਲੀ ਵਾਸਤੇ ਇੱਕ ਜਥਾ ਲੈ ਕੇ ਜਾ ਰਹੇ ਨੇ ਪਿੰਡ ਹਰਿਓ ਕੋਲੋਂ ਤੋਂ ਸਮੂਹ ਨਗਰ ਨਿਵਾਸੀ ਪਿੰਡ ਵੱਲੋਂ 10-12 ਟਰੈਕਟਰ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਦਿੱਲੀ ਦੇ ਵਿੱਚ ਉਸ ਦੇ ਵਿੱਚ ਕਿਸਾਨ ਪਰੇਡ ਦੇ ਵਿੱਚ ਹਿੱਸਾ ਪਾਉਣ ਲਈ ਚੱਲੇ ਨੇ ਭਾਈ ਸਾਰੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ NRI ਵੀਰਾਂ ਭੈਣਾਂ ਦੇ ਸਹਿਯੋਗ ਦੇ ਨਾਲ ਸਾਂਝੇ ਖਾਤੇ ਦੇ ਵਿੱਚੋਂ ਪਿੰਡ ਵੱਲੋਂ ਜਿਹੜੀ ਢਾਲ ਕੱਟੀ ਹੋਈ ਆ ਉਹਦੇ ਵਿੱਚੋਂ ਤੇਲ ਪਵਾ ਕੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਿੱਲੀ ਚੱਲਿਆ ਕਿਸਾਨ ਪਰੇਡ ਦੇ ਵਿੱਚ ਇਹਦੇ ਵਿੱਚ ਸਾਰੇ ਨਗਰ ਨਿਵਾਸੀਆਂ ਦਾ NRI ਵੀਰਾਂ ਦਾ ਵੱਡਾ ਸਹਿਯੋਗ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਅਸੀਂ ਹੁਣ ਬਿੱਲ ਰੱਦ ਕਰਾ ਕੇ ਇਹ ਕਾਲੇ ਕਾਨੂੰਨ ਜੋ ਕਿਸਾਨਾਂ ਦੇ ਵਿੱਚ ਬਣਾਏ ਗਏ ਨੇ ਕਿਸਾਨਾਂ ਦੇ ਲਈ ਇਹਨਾਂ ਨੂੰ ਰੱਦ ਕਰਾ ਕੇ ਹੀ ਵਾਪਸ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦਵਿੰਦਰ ਸਿੰਘ ਹਰਿਓਂ ਬੋਲ ਰਹੇ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਮੋਦੀ ਨੇ ਉਹਨਾਂ ਨੂੰ ਅਸੀਂ ਰੱਦ ਕਰਾ ਕੇ ਮੋੜਨਾ ਜੀ 10-12 ਟਰੈਕਟਰਾਂ ਦਾ ਕਾਫਾ ਅੱਜ ਤੋਰ ਰਹੇ ਹਾਂ ਪਿੰਡੋਂ ਹੁਣ ਸਾਰੇ ਆਪਣੇ ਕੀ ਹੁੰਦੇ ਉਹਨਾਂ ਨੂੰ ਰੱਦ ਕਰਾ ਕੇ ਮੋੜਾਂਗੇ ਜਿਹੜੇ ਉਹਨੇ ਕਾਲੇ ਕਾਨੂੰਨ ਬਣਾਏ ਨਾ ਜਿੰਨਾ ਚਿਰ ਅਸੀਂ ਜਾਂ ਜਿਉਂਦੇ ਉੱਥੋਂ ਰੱਦ ਕਰਾ ਕੇ ਮੋੜਾਂਗੇ ਨਹੀਂ ਉੱਥੋਂ ਬਾਕੀ ਆਵਾਂਗੇ ਹੁਣ ਇਹੀ ਆਪਾਂ ਸਾਡਾ ਹੋ ਜਾਂਦੇ ਸਾਜੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੈਸ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਅਤੇ ਸਾਡੀ ਇੰਟਰਵਿਊ ਲੈਣ ਪਹੁੰਚੇ ਹੋ ਪਿੰਡ ਹਰਿਓਂ ਕਲਾਂ ਵਿਖੇ ਅਤੇ ਮੈਂ ਦੱਸਣਾ ਚਾਹੁੰਦਾ ਜੀ ਅੱਜ ਅਸੀਂ ਪਿੰਡੋਂ ਘੱਟੋ ਘੱਟ 10 ਟਰੈਕਟਰ ਲੈ ਕੇ 26 ਜਨਵਰੀ ਨੂੰ ਜੋ ਸਾਡੇ ਪ੍ਰਧਾਨਾਂ ਜੀ ਨੇ ਪਰੇਡ ਰੱਖੀ ਹੈ ਉਸਦੇ ਵਿੱਚ ਸ਼ਾਮਿਲ ਹੋਣ ਲਈ ਪਿੰਡ ਹਰਿਓਂ ਕਲਾਂ ਤੋਂ ਜੱਥਾ ਜਾ ਰਿਹਾ ਹੈ ਇਹ ਜੱਥਾ ਪਿੰਡ ਦੇ ਸਹਿਯੋਗ ਨਾਲ ਜੋ ਢਾਲ ਲਾਈ ਸੀ ਉਹ ਢਾਲ ਇਕੱਠੀ ਕਰਕੇ ਸਾਰੇ ਇਕੱਠੇ ਹੋ ਕੇ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਅਤੇ ਇਸ ਵਿੱਚ NRI ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਪਿੰਡ ਹਰਿਓਂ ਕਲਾਂ ਦੇ ਇੱਕ ਫੋਨ 'ਤੇ ਸਾਰਿਆਂ ਨੂੰ ਦਸਵੰਧ ਕੱਢ ਕੇ ਮਾਇਆ ਭੇਜੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ 26 ਜਨਵਰੀ ਨੂੰ ਅਸੀਂ ਜੋ ਮੋਦੀ ਸਰਕਾਰ ਨੇ 3 ਕਾਨੂੰਨ ਕਾਲੇ ਕਾਨੂੰਨ ਸਾਡੇ 'ਤੇ ਲਾਏ ਹਨ ਅਸੀਂ ਉਹਨਾਂ ਨੂੰ ਵਾਪਸ ਕਰਵਾਉਣ ਲਈ ਰੱਦ ਕਰਵਾਉਣ ਲਈ ਜਾ ਰਹੇ ਹਾਂ ਅਤੇ ਸਾਡਾ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਨਗਰ ਨਿਵਾਸੀਆਂ ਦਾ ਅਤੇ ਸਾਡੇ ਪੱਤਰਕਾਰ ਵੀਰ ਜੀ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਅਤੇ ਅਸੀਂ ਸਾਰੇ ਹੀ ਇਕੱਠੇ ਹੋ ਕੇ ਸਾਰੇ ਨਗਰ ਦੇ ਸਹਿਯੋਗ ਨਾਲ ਅੱਜ ਅਸੀਂ ਦਿੱਲੀ ਮੋਰਚਾ ਫਤਿਹ ਕਰਨ ਲਈ 10 ਟਰੈਕਟਰਾਂ ਦਾ ਜੱਥਾ ਅੱਜ ਅਸੀਂ ਪਿੰਡੋਂ ਭੇਜ ਰਹੇ ਹਾਂ ਇਸ ਦੇ ਵਿੱਚ ਹਰੇਕ ਕਿਸਮ ਦਾ ਰਾਸ਼ਨ ਹੈ ਟਰਾਲੀਆਂ ਦੇ ਵਿੱਚ ਵੀ ਕਿਸੇ ਵੀ ਚੀਜ਼ ਦੀ ਕਮੀ ਨਾ ਆਵੇ ਪੈਸਾ ਵੀ ਹੋਰ ਵੀ ਜਿੰਨਾ ਵੀ ਲੱਗੂਗਾ ਅਸੀਂ ਭੇਜਾਂਗੇ ਪਿੰਡ ਸਹਿਯੋਗ NRI ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਅਤੇ ਮਹਾਰਾਜ ਸਾਨੂੰ ਚੜ੍ਹਦੀ ਕਲਾ ਤਰੱਕੀ ਬਖਸ਼ੇ ਸਾਰਿਆਂ ਨੂੰ ਸਭ ਨੂੰ ਮਹਾਰਾਜ ਫਤਿਹ ਕਰਕੇ ਭੇਜੇ ਅਸੀਂ ਜਿਹੜੇ ਆ ਕਾਲੇ ਕਾਨੂੰਨ ਇਹਨਾਂ ਨੇ ਬਣਾਏ ਨੇ ਇਹ ਥੋਪੇ ਗਏ ਨੇ ਅਸੀਂ ਕਿਸੇ ਤੋਂ ਇਹ ਚੀਜ਼ ਜਮ੍ਹਾਂ ਨਹੀਂ ਬਿਲਕੁਲ ਬਰਦਾਸ਼ਤ ਕਰਾਂਗੇ ਕਿ ਸਾਨੂੰ ਕੋਈ ਥੋਪੇ ਨਾ ਅਸੀਂ ਇਹਦੇ ਹੱਕ ਜਾਂ ਨਾ ਅਸੀਂ ਇਹਦੇ ਹੱਕ ਕਰਾਂਗੇ ਅਸੀਂ ਆਪਣਾ ਹੱਕ ਦੇ ਵਿੱਚ ਰਹਾਂਗੇ ਆਪਣਾ ਹੱਕ ਲਵਾਂਗੇ ਅਸੀਂ ਇਹ ਵਾਪਸ ਕਰਾ ਕੇ ਆਵਾਂਗੇ ਇਹਨਾਂ ਨੂੰ ਮੁੰਡਿਆਂ ਨੂੰ ਕਹਿਤਾ ਸਾਰੇ ਜਿੰਨੇ ਵੀ ਵੀਰ ਸਾਡੇ ਜਾ ਰਹੇ ਨੇ ਵੀ ਪਿੱਛੇ ਨਹੀਂ ਮੁੜਨਾ ਅਸੀਂ ਪਿੱਛੇ ਵਾਲਾ ਕੰਮ ਵੀ ਸਾਂਭਾਂਗੇ ਜੇ ਤੁਹਾਨੂੰ ਉੱਥੇ ਲੋੜ ਆ ਅਸੀਂ ਉੱਥੇ ਵੀ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ